ਜ਼ਿਲ੍ਹਾ ਮੋਗਾ ਦੇ ਪਿੰਡ ਮਹਲਾ ਵਿੱਚ ਜਨਮ ਲੈਣ ਵਾਲੇ ਸੂਬੇਦਾਰ ਜੋਗਿੰਦਰ ਸਿੰਘ ਦੇ ਸ਼ਹੀਦੀ ਦਿਵਸ ਦੇ ਮੌਕੇ ਅੱਜ ਜ਼ਿਲ੍ਹੇ ਦੇ ਵਿੱਚ ਲੱਗੀ ਉਹਨਾਂ ਦੇ ਬੁੱਤ ਨੂੰ ਸੈਨਾ ਦੇ ਆਲਾ ਅਧਿਕਾਰੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਅਧਿਕਾਰੀਆਂ ਦੇ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਅਤੇ ਸੈਨਾ ਦੇ ਵੱਲੋਂ ਆਯੋਜਿਤ ਕੀਤੇ ਇਸ ਪ੍ਰੋਗਰਾਮ ਦੇ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਉੱਥੇ ਇਸ ਮੌਕੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਨੌਜਵਾਨਾਂ ਨੂੰ ਸੈਨਾ ਦੇ ਵਿੱਚ ਭਰਤੀ ਹੋਣ ਅਤੇ ਦੇਸ਼ ਦੀ ਰੱਖਿਆ ਕਰਨ ਦੇ ਲਈ ਪ੍ਰੇਰਿਤ ਵੀ ਕੀਤਾ। ਉਹਨਾਂ ਨੇ ਕਿਹਾ ਕਿ ਹਰ ਸਾਲ ਜੋਗਿੰਦਰ ਸਿੰਘ ਦੀ ਯਾਦ ਵਿੱਚ ਇਹ ਸਮਾਗਮ ਕਰਵਾਇਆ ਜਾਂਦਾ ਹੈ ਤੇ ਜਿਹਦੇ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ। ਅੱਜ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਪਰਮ ਚੱਕਰ ਵਿਜੇਤਾ ਉਹਨਾਂ ਦਾ ਅੱਜ ਸ਼ਹੀਦੀ ਦਿਵਸ 23 ਅਕਤੂਬਰ ਆਪਾਂ ਹਰ ਸਾਲ ਦੀ ਤਰ੍ਹਾਂ ਬੜੇ ਗਰਵ ਨਾਲ ਮਨਾਉਂਦੇ ਹਾਂ। ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਪਿੰਡ ਮਾਲਾ ਕਲਾਂ ਤਹਿਸੀਲ ਬਾਘਾ ਪੁਰਾਣਾ ਦੇ ਰਹਿਣ ਵਾਲੇ ਸੀ। ਉਹ ਜੱਦੀ ਪਿੰਡ ਸੀ ਉਹਨਾਂ ਦਾ ਅਤੇ ਜਦੋਂ ਉਹ ਜਵਾਨ ਹੋਏ ਤਾਂ ਉਹਨਾਂ ਨੇ ਫੈਸਲਾ ਕੀਤਾ ਕਿ ਮੈਂ ਫੌਜ ਭਰਤੀ ਹੋਵਾਂਗਾ। ਸੋ ਫਸਟ ਸਿੱਖ ਰੈਜੀਮੈਂਟ ਦੇ ਉਹ ਸਿਪਾਹੀ ਸੀਗੇ ਔਰ ਉਸ ਤੋਂ ਬਾਅਦ ਤਰੱਕੀ ਪਾਉਂਦੇ ਹੋਏ ਉਹ ਸੂਬੇਦਾਰ ਦੇ ਰੈਂਕ 'ਤੇ ਪਹੁੰਚ ਗਏ। ਅਤੇ ਜਦੋਂ 1962 ਵਿੱਚ ਚਾਈਨਾ ਨੇ ਇੰਡੀਆ ਦੇ ਬਾਰਡਰ 'ਤੇ ਜਿਹੜਾ ਹਮਲਾ ਕੀਤਾ ਅਤੇ ਉਹ ਅਰੁਣਾਚਲ ਪ੍ਰਦੇਸ਼ ਜਿਹੜਾ ਉੱਥੇ ਨੇਫਾ ਤਵਾਂਗ ਸੈਕਟਰ ਵਿੱਚ ਪੋਸਟਡ ਸੀ, ਸੋ ਉੱਥੇ ਜਿਸ ਪੋਸਟ 'ਤੇ ਉਹ ਪੋਸਟਡ ਸੀ ਉਹ ਪੋਸਟ ਦੀ ਰਾਖੀ ਕਰਦੇ ਹੋਏ ਆਪਣੀ ਛੋਟੀ ਜਿਹੀ ਪਲਟਨ ਨਾਲ ਟੁਕੜੀ ਨਾਲ ਉਹਨਾਂ ਨੇ ਬਹੁਤ ਵੱਡੀ ਸੈਨਾ ਦਾ ਜਿਹੜੀ ਚਾਈਨੀਜ਼ ਜਿਹੜੀ ਆਰਮੀ ਸੀ ਉਹਦਾ ਮੁਕਾਬਲਾ ਕੀਤਾ ਔਰ ਬਹੁਤ ਬਹਾਦਰੀ ਔਰ ਵੀਰਤਾ ਨਾਲ ਉਹ ਲੜਾਈ ਲੜਦੇ ਹੋਏ 23 ਅਕਤੂਬਰ ਨੂੰ ਉਹ ਸ਼ਹੀਦ ਹੋ ਗਏ ਔਰ ਭਾਰਤ ਸਰਕਾਰ ਨੇ ਉਹਨਾਂ ਨੂੰ ਮਰਨ ਉਪਰੰਤ ਪੋਸਥਮਸਲੀ ਜਿਹੜਾ ਆਪਣੇ ਦੇਸ਼ ਦਾ ਸਰਵੋੱਚ ਜਿਹੜਾ ਵੀਰਤਾ ਦਾ ਪੁਰਸਕਾਰ ਹੈ ਪਰਮਵੀਰ ਚੱਕਰ ਉਹਦੇ ਨਾਲ ਨਵਾਜ਼ਿਆ ਉਹਨਾਂ ਨੂੰ। ਸੋ ਆਪਣੇ ਮੋਗੇ ਵਾਸੀਆਂ ਲਈ ਬੜੇ ਇਹ ਗਰਵ ਦੀ ਗੱਲ ਹੈ ਕਿ ਪੰਜਾਬ ਵਿੱਚ ਕੇਵਲ ਇੱਕ ਇਹੋ ਜਿਹਾ ਇੱਕ ਫੌਜੀ ਸੈਨਿਕ ਹੈ ਜਿਹਨੂੰ ਪਰਮਵੀਰ ਚੱਕਰ ਮਿਲਿਆ ਹੈ। ਸੋ ਅਸੀਂ ਇਹਨੂੰ ਇਸ ਦਿਹਾੜੇ ਨੂੰ ਆਏ ਸਾਲ ਅਸੀਂ ਬੜੇ ਗਰਵ ਨਾਲ ਜਿਹੜਾ ਮਨਾਉਂਦੇ ਹਾਂ ਔਰ ਇਹਦੇ ਨਾਲ ਇਹ ਮੈਂ ਮੈਸੇਜ ਦਿੰਦਾ ਹਾਂ ਸਾਰੇ ਜਿੰਨੇ ਵੀ ਨੌਜਵਾਨ ਪੀੜ੍ਹੀ ਹੈ ਕਿ ਇੱਕ ਬਹੁਤ ਅੱਛਾ ਕਰੀਅਰ ਹੈ ਫੌਜ ਵਿੱਚ ਜੇਕਰ ਕੋਈ ਭਰਤੀ ਹੋਣਾ ਚਾਹੁੰਦਾ ਹੈਗਾ, ਭਾਵਾਂ ਉਹ ਜਵਾਨ ਭਰਤੀ ਹੋਵੇ ਭਾਵਾਂ ਉਹ ਇੱਕ ਅਫਸਰ ਦੀ ਤਰ੍ਹਾਂ ਭਰਤੀ ਹੋਵੇ। ਸੋ ਇਹ ਕਹਿਣਾ ਕਿ ਨੌਕਰੀਆਂ ਨਹੀਂ ਮਿਲਦੀਆਂ ਇਹ ਬਿਲਕੁਲ ਗਲਤ ਹੈ। ਜੇਕਰ ਆਪਣਾ ਇੱਕ ਕਰੀਅਰ ਚੰਗਾ ਬਣਾਉਣਾ ਚਾਹੁੰਦੇ ਹਨ ਅੱਜ ਦੀ ਨੌਜਵਾਨ ਪੀੜ੍ਹੀ ਔਰ ਇਸ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹਨ ਅਤੇ ਫੌਜ ਇੱਕ ਬਹੁਤ ਅੱਛਾ ਕਰੀਅਰ ਹੈ। ਸੋ ਇੰਨਾ ਕਹਿੰਦਾ ਹੋਇਆ ਮੈਂ ਇੱਕ ਵਾਰੀ ਫਿਰ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਉਹਨਾਂ ਨੂੰ ਮੈਂ ਨਮਨ ਕਰਦਾ ਹਾਂ ਔਰ ਅੱਜ ਦੇ ਉਸ ਦਿਹਾੜੇ 'ਤੇ ਉਹਨਾਂ ਨੂੰ ਅਸੀਂ ਬੜੇ ਹੀ ਆਦਰ ਔਰ ਪ੍ਰੇਮ ਨਾਲ ਜਿਹੜਾ ਯਾਦ ਕਰ ਰਹੇ ਹਾਂ। ਦੱਸ ਦੇਈਏ ਕਿ ਸੂਬੇਦਾਰ ਜੋਗਿੰਦਰ ਸਿੰਘ ਇੱਕ ਭਾਰਤੀ ਸੈਨਾ ਸਿਪਾਹੀ ਸਨ ਜਿਨ੍ਹਾਂ ਨੂੰ ਸ਼ਹੀਦੀ ਉਪਰੰਤ ਭਾਰਤ ਦੇ ਸਭ ਤੋਂ ਉੱਚੇ ਫੌਜੀ ਬਹਾਦਰੀ ਪੁਰਸਕਾਰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਸਿੱਖ ਰੈਜੀਮੈਂਟ ਦੀ 1ਲੀ ਬਟਾਲੀਅਨ ਦੇ ਕਮਾਂਡਰ ਸਨ। 1962 ਦੀ ਭਾਰਤ ਚੀਨ ਜੰਗ ਦੌਰਾਨ ਉਹਨਾਂ ਨੇ ਬਹਾਦਰੀ ਨਾਲ ਦੁਸ਼ਮਣਾਂ ਦਾ ਸਾਹਮਣਾ ਕੀਤਾ ਅਤੇ 52 ਦੇ ਕਰੀਬ ਦੁਸ਼ਮਣਾਂ ਨੂੰ ਮਾਰ ਗਿਰਾਇਆ ਸੀ। ਉਹ ਉਦੋਂ ਤੱਕ ਡਟੇ ਰਹਿ ਜਦ ਤੱਕ ਉਹ ਜ਼ਖਮੀ ਹੋ ਕੇ ਸ਼ਹੀਦ ਨਹੀਂ ਹੋ ਗਏ। ਬਿਊਰੋ ਰਿਪੋਰਟ, ਸਕਾਈ ਨਿਊਜ਼, ਪੰਜਾਬ।